ਬੰਦਾ ਮਰ ਗਿਆ ਤੇ ਉਹਦੇ ਕੋ ਫਰਿਸ਼ਤੇ ਗਏ ਤੇ ਉਹ ਫਰਿਸ਼ਤੇ ਨੇ ਗਿਆ ਸਾਹਿਬ ਉਹਨੇ ਮੂੰਹ ਪਰਾਂ ਨੂੰ ਕਰ ਲਿਆ ਉਹ ਫਰਿਸ਼ਤੇ ਪਰਲੇ ਪਾਸ ਹੋ ਗਏ ਤੇ ਜਾ ਕੇ ਕਹਿੰਦੇ ਉਹ ਸਾਹਿਬ ਉਹਨੇ ਮੂੰਹ ਇਧਰ ਨੂੰ ਕਰ ਲਿਆ ਤੀਜੀ ਵਾਰੀ ਫਰਿਸ਼ਤੇਾਂ ਨੇ ਥੋੜਾ ਜਿਹਾ ਖਿੱਚ ਕੇ ਉਹਨੂੰ ਕਿਹਾ ਸਾਹਿਬ ਦੇ ਤੇ ਉਹ ਅੱਗੋਂ ਪਤਾ ਕੀ ਕਹਿਣ ਲੱਗਾ ਬਣਾ ਸਵਾਰ ਆਖੇ ਜੇ ਇਹੀ ਹੱਥ ਰੱਖਿਆ ਨਾ ਇੱਥੇ ਵੜਨ ਵੀ ਕੋਈ ਨਹੀਂ ਲੱਗਾ ਹਾਂ ਤੇ ਤੀਆ ਨੂੰ ਪੁੱਛਦੇ ਹਾਂ ਵੀ ਕੁੜੀਓ ਹੁਣ ਭਰਾ ਰੱਖਣੇ ਕਿ ਜ਼ਮੀਨ ਰੱਖਣੀ ਹੂੰ ਉਹ ਮੈਂ ਕਿਹਾ ਨਹੀਂ ਸੀ ਮੈਂ ਕਿਹਾ ਵੀ ਬਾਬਾ ਤੂੰ ਤੈਨੂੰ ਕਹਿੰਨੇ ਕਿਹਾ ਇਹ ਹੱਕ ਕਹਿੰਨੇ ਦਿੱਤਾ ਹੈ ਗੱਲ ਇਹ ਤਾਂ ਅੱਲਾਹ ਤਾਲਾ ਨੇ ਕੁਰਾਨੇ ਪਾਕ ਦੇ ਵਿੱਚ ਧੀਆਂ ਨੂੰ ਹੱਕ ਦਿੱਤਾ ਤੂੰ ਪੁੱਛਣ ਵਾਲਾ ਕੌਣ ਆਖੇ ਮੈਂ ਕੁੜੀਆਂ ਦਾ ਪਿਓ ਆ ਤੂੰ ਆਖੇ ਕੌਣ ਆ ਮੈਂ ਕਿਉਂਕਿ ਤੁਹਾਨੂੰ ਪਤਾ ਹੈ ਵੀ ਮੇਰੀ ਆਡੀਅנס ਉਧਰਲੇ ਪੰਜਾਬ ਵੀ ਆ ਓਵਰ ਆਲ ਉਧਰ ਬਹੁਤ ਆ ਮੈਂ ਉਧਰਲੇ ਪਿੰਡਾਂ ਦਾ ਹਿਸਾਬ ਹੈ ਨਾ ਵੀ ਉਧਰਲੇ ਪਿੰਡ ਬੜੇ ਵੈਲ ਡਿਵੈਲਪਡ ਨੇ ਹਾਂ ਹਾਂ ਮਤਲਬ ਜਿਵੇਂ ਅਸੀਂ ਆਪਣੇ ਪਿੰਡਾਂ ਤੇ ਜਾਣਦੇ ਆ ਉੱਥੇ ਟਾਇਲ ਲੱਗੀ ਆ ਵੀ ਮਤਲਬ ਵੀ ਵਧੀਆ ਉਹਨਾਂ ਨੇ ਬਣਾਇਆ ਸਾਰਾ ਚੜ੍ਹਦੇ ਪਾਸੇ ਆ ਉਧਰਲੇ ਪੰਜਾਬ ਦੇ ਵਿੱਚ ਆਪਣੇ ਪਾਸੇ ਪਿੰਡਾਂ ਦੀ ਤਰੱਕੀ ਘਟਿਆ ਵਜਾ ਕੀ ਹੈ ਇਹਦੀ ਵਜ੍ਹਾ ਮੈਂ ਦੱਸਦਾ ਸਾਡੇ ਨਾਲ ਇੱਥੇ ਪਿੰਡਾਂ ਦੇ ਵਿੱਚ ਕੋਈ ਅਫਸਰ ਲੱਗ ਜੇ ਕੋਈ ਲੇਖ ਪੜ ਗਿਆ ਜਾਂ ਬਾਹਰਲੇ ਮੁਲਕ ਚਲਾ ਗਿਆ ਲੈ ਉਹ ਪਿੰਡ ਤੋਂ ਗਿਆ ਹਾਂ ਮੋੜ ਕੇ ਪਿੰਡ ਨੂੰ ਵੱਟਾ ਨਹੀਂ ਮਾਰਨਾ ਪਿੰਡ ਦੀ ਬਾਤ ਨਹੀਂ ਪੁੱਛਣੀ ਤੇ ਜਦੋਂ ਉੱਥੇ ਜਾ ਕੇ ਉਹ ਮਰ ਜਾਂਦੇ ਫੇਰ ਕਹਿੰਦੇ ਆ ਕਿ ਬਾਪੂ ਕਹਿ ਗਿਆ ਸੀ ਦਫਨਾਣਾ ਪਿੰਡ ਆ ਵੀ ਪਿੰਡ ਵਾਲਿਆਂ ਨੇ ਕਬਰ ਨੂੰ ਚਟਣਾ ਹੂੰ ਵੀ ਜਿੰਦੇ ਆ ਤਾਂ ਤੁਸੀਂ ਬਾਤ ਨਹੀਂ ਪੁੱਛੀ ਜਿੰਦੇ ਆਂਦੇ ਨਹੀਂ ਆ ਕਿ ਇੱਥੇ ਸਹੂਲਤਾਂ ਹੈ ਨਹੀਂ ਵੀ ਇੱਥੇ ਮਰੋਗੇ ਤਾਂ ਸਹੂਲਤਾਂ ਆਣੀਆਂ ਆਓਗੇ ਇੱਥੇ ਸਹੂਲਤਾਂ ਬਣਨਗੀਆਂ ਇੱਥੇ ਜਦੋਂ ਇੱਥੇ ਵੜਨਾ ਨਹੀਂ ਉਹ ਮਾਰੇ ਨੂੰ ਭੇਜ ਦਿੰਦੇ ਆ ਮਾਰੇ ਬੰਦੇ ਨੂੰ ਕਿਹੜੀ ਸਹੂਲਤਾਂ ਚਾਹੀਦੀਆਂ ਹੈ ਫੇਰ ਆਖੇ ਦਫਨਾਣਾ ਇੱਥੇ ਅੱਛਾ ਜੇ ਕੋਈ ਡਾਕਟਰ ਬਣ ਜੇ ਜਾਂ ਕੋਈ ਹੋਰ ਅਫਸਰ ਉਹ ਸਾਰੇ ਬਾਹਰ ਇੱਥੇ ਹਸਪਤਾਲ ਬਣਾਓ ਸਾਨੂੰ ਇੱਥੇ ਸਹੂਲਤਾਂ ਦਿਓ ਆਪਣੇ ਪਿੰਡ ਨੂੰ ਇੱਥੇ ਮਰੀਜ਼ ਨਹੀਂ ਹੈਗੇ ਉਹ ਜਾ ਕੇ ਸ਼ਹਿਰਾਂ ਚ ਤੇ ਬਾਹਰਲੇ ਮੁਲਕਾਂ ਚ ਜਾ ਕੇ ਬਣਾ ਲੰਦੇ ਮੋੜ ਕੇ ਮੋੜ ਕੇ ਢਕੇ ਤੇ ਉਹ ਪਿੰਡ ਦੇ ਵਿੱਚ ਉਹ ਇੱਥੇ ਮੈਂ ਮਿਸਾਲ ਦੇਈ ਸੀ ਕਿ ਉਹ ਬੰਦਾ ਮਰ ਗਿਆ ਤੇ ਉਹਦੇ ਕੋ ਫਰਿਸ਼ਤੇ ਗਏ ਤੇ ਉਹ ਫਰਿਸ਼ਤੇ ਨੇ ਕਿਹਾ ਸਾਹਿਬ ਉਹਨੇ ਮੂੰਹ ਪਰਾਂ ਨੂੰ ਕਰ ਲਿਆ ਉਹ ਫਰਿਸ਼ਤੇ ਪਰਲੇ ਪਾਸੋਂ ਗਏ ਤੇ ਜਾ ਕੇ ਕਹਿੰਦੇ ਉਹ ਸਾਹਿਬ ਉਹਨੇ ਮੂੰਹ ਇੱਧਰ ਨੂੰ ਕਰ ਲਿਆ ਤੀਜੀ ਵਾਰੀ ਫਰਿਸ਼ਤੇਆਂ ਨੇ ਥੋੜਾ ਜਿਹਾ ਖਿੱਚ ਕੇ ਉਹਨੂੰ ਕਿਹਾ ਸਾਹਿਬ ਦੇ ਤੇ ਉਹ ਅੱਗੋਂ ਪਤਾ ਕੀ ਕਹਿਣ ਲੱਗਾ ਬਣਾ ਸਵਾਰ ਆਖੇ ਜੇ ਇਹੀ ਹੱਥ ਰੱਖਿਆ ਨਾ ਇੱਥੇ ਵੜਨ ਵੀ ਕੋਈ ਨਹੀਂ ਲੱਗਾ ਹਾਂ ਜੇ ਇਹੀ ਹਿਸਾਬ ਰਿਆ ਤਾਂ ਪਿੰਡ ਤਾਂ ਉਜੜ ਜਾਣਗੇ ਕੋਈ ਤਰੱਕੀ ਦੀ ਗੱਲ ਕਰਦੇ ਇੱਥੇ ਬਚਣਾ ਕੁਛ ਨਹੀਂ ਹਾਂ ਆ ਇਹ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਨਾ ਹਾਂਜੀ ਕਿਉਂ ਲੋਕ ਥੋੜਾ ਜਿਹਾ ਜੁੜੇ ਜ਼ਿਆਦਾ ਮੈਨੂੰ ਲੱਗਦਾ ਹਾਂਜੀ ਆਪਣੇ ਆਪ ਵੀ ਉਹਨਾਂ ਨੇ ਪਿੰਡ ਦੇ ਟਰਸਟ ਬਣਾਏ ਨੇ ਵੀ ਉਹ ਪੈਸੇ ਇਕੱਠੇ ਕਰਕੇ ਡਿਵੈਲਪਮੈਂਟ ਦਾ ਕੁਛ ਨਾ ਕੁਛ ਕਰਾਉਂਦੇ ਬਲਕਿ ਸਰਕਾਰੀ ਤੌਰ ਤੇ ਹਰ ਪਿੰਡ ਨੂੰ 2-2 3-3 ਕਰੋੜ ਐਵਰੀ ਈਅਰ ਉਹਨਾਂ ਨੂੰ ਗ੍ਰਾਂਟ ਜਾਂਦੀ ਹੈ ਸੋ ਮੈਨੂੰ ਲੱਗਦਾ ਇਹ ਵੀ ਥੋੜਾ ਜਿਹਾ ਫਰਕ ਆ ਨਾਲ ਵਿੱਚ ਨਾ ਵੀ ਉਹ ਪਿੰਡ ਡਿਵੈਲਪ ਜ਼ਿਆਦਾ ਨੇ ਅੱਛਾ ਪਿੰਡਾਂ ਦਾ ਪਿੰਡਾਂ ਦੀ ਗੱਲ ਹੋਣੀ ਸੀ ਹੁਣ ਇੱਥੇ ਵੀ ਹੈ ਨਾ ਸਾਡੇ ਬਹੁਤ ਟ੍ਰੈਂਡ ਚੱਲਿਆ ਵਾ ਉਧਰ ਇਹ ਵੀ ਘਟਿਆ ਮੈਂ ਕੰਪੈਰੀਟਿਵਲੀ ਵੇਖਣ ਰਿਆਂ ਉਧਰਲੇ ਪੰਜਾਬ ਨੂੰ ਇਧਰਲੇ ਨੂੰ ਜਦੋਂ ਕੰਪੈਰੀਟਿਵਲੀ ਵੇਖਦੇ ਆ ਉਧਰ ਆ ਕਲੋਨੀਆਂ ਦਾ ਕੰਮ ਘਟਿਆ ਹਾਂ ਹਾਂ ਉਹ ਮੈਂ ਵੀਡੀਓ ਵੇ ਨਾਲ ਦੇ ਤਰ੍ਹਾਂ ਦਾ ਵੀ ਟਰਾਲੀਆਂ ਐ ਨੰਗੀਆਂ ਦੀਆਂ ਐ ਨੰਗੀਆਂ ਸਾਡੇ ਕਲੋਨੀਆਂ ਬੜੀਆਂ ਵੜਨ ਰਹੀਆਂ ਹਾਂ ਹਾਂ ਇਹਦੇ ਤੇ ਤੁਸੀਂ ਕੀ ਕਹਿੰਦੇ ਯਾਰ ਕਲੋਨੀਆਂ ਦੇ ਨਾ ਮੈਂ ਖਿਲਾਫ ਬੜੀਆਂ ਵੀਡੀਓ ਬਣਾਈਆਂ ਤੇ ਇਹ ਸਾਨੂੰ ਨਾ ਅਜਾੜਤਾ ਇਹਨਾਂ ਨੇ ਤੂੰ ਦੇਖ ਲੱਭ ਲੱਭ ਕੇ ਸੋਨੇ ਵਰਗਾ ਝੋਟੇ ਦੇ ਸਿਰ ਵਰਗੀ ਜ਼ਮੀਨ ਆ ਤੇ ਉਹ ਆ ਕੇ ਉੱਥੇ ਕਲੋਨੀ ਕੱਟ ਦਿੰਦੇ ਫਜੇ ਦੀ ਰੋਡ ਨਾ ਲੱਗ ਗਈ ਸਮਝੋ ਕੇਸ ਚੱਲ ਪਏ ਹੈ ਫਿਰ ਕਹਿੰਦੇ ਆ ਜੀ ਇੱਕ ਫਰੰਟ ਦੇ ਪਿੱਛੇ ਸੱਕੇ ਭਰਾ ਜਿਨ੍ਹਾਂ ਨੇ ਉਹ ਨਹੀਂ ਅਜੇ ਤੱਕ ਆ ਉਹਨਾਂ ਦੇ ਵੀ ਕੇਸ ਚੱਲ ਪੈਂਦੇ ਕਰੋੜਾਂ ਦੀ ਆਵਾਜ਼ ਆਂਦੀ ਹੈ ਬਸ ਆਮਾਨ ਡੋਲ ਜਾਂਦਾ ਤੇ ਉਹ ਲੱਭ ਲੱਭ ਕੇ ਜਿਹੜੀਆਂ ਜ਼ਮੀਨਾਂ ਆ ਨਾ ਜ਼ਰਈ ਉੱਥੇ ਲਾ ਕੇ ਉਹ ਕਲੋਨੀਆਂ ਕੱਟ ਰਹੇ ਆ ਤੇ ਇੱਕ ਅੱਧਾ ਘਰ ਬਣਾਉਂਦੇ ਆ ਤੇ ਮੁੜ ਕੇ ਉਹਨਾਂ ਧੀ ਦੇ ਕੰਮ ਨਾ ਪੁੱਤ ਦੇ ਕੰਮ ਉਹ ਪਈਆ ਜਾੜ ਬੀਆ ਬਾਂ ਫਿਰ ਸਹੂਲਤਾ ਐਸੀ ਐਸੀ ਲਿਖੀਆਂ ਹੋਈਆਂ ਉੱਥੇ ਪਾਰੇ ਕਾ ਮਸੀਹ ਤਾ ਇੱਕ ਥਾਂ ਤਾ ਤੂੰ ਯਕੀਨ ਰੱਬ ਤੇ ਕਰੀ ਲਿਖਿਆ ਹੈ ਸ਼ਮਸ਼ਾਨ ਘਾਟ ਨਾਲ ਲਿਖਿਆ ਹੈ 10 ਮਰਲੇ ਦਾ ਫਾਂਸੀ ਘਾਟ ਅੱਛਾ ਹਾਂ ਲੈ ਇਹ ਸਹੂਲਤਾਂ ਦੇ ਰਹੇ ਆ ਕਿ ਕਿਸੇ ਤਰ੍ਹਾਂ ਫਸ ਜਾਣ ਬੰਦੇ ਹਾਂ ਯਾਰ ਮੈਂ ਕਹਿੰਦਾ ਉਹ ਬਣਾਲ ਖਾਂ ਉਹ ਉੱਚੇ ਉੱਚੇ ਬਣਾਉਂਦੇ ਨਹੀਂ ਕੋਠੇ ਤੇ ਕੋਠੇ ਤੇ ਕੋਠਾ ਬਣਾਣ ਉਹ ਇੱਕ ਜਗ੍ਹਾ ਤੇ ਅੱਧੇ ਮਰਬੇ ਜਿੰਨੇ ਇੱਕ ਜਗ੍ਹਾ ਖੜਾ ਕਰ ਦੇ ਹਾਈ ਰਾਈਜ਼ ਬਿਲਡਿੰਗਾਂ ਬਣਾਉਣ ਹਾਂ ਦੁਬਈ ਦੇ ਵਿੱਚ ਬਣੀਆਂ ਹੂੰ ਉਹ ਉਹ ਇੱਕ ਜਗ੍ਹਾ ਤੇ ਘੱਟ ਜ਼ਿਆਦਾ ਲੋਕ ਮੈਂ ਕਹਿੰਦਾ ਜਿੰਨਾ ਅੱਧਾ ਮਰਬਾ ਗੋਲ ਕਰਨਾ ਭਾਈ ਜੀ ਜੀ ਤੋਂ ਉਥੇ ਇੱਕ ਕੋਥਾਂ 10 ਮਰਲੇ ਚ ਬਣਾ ਦੇਣਾ ਹਮ ਅਭੀ ਜ਼ਮੀਨਾਂ ਦੀ ਵੀ ਬਚਤ ਹੋ ਜੂ ਲੋਕਾਂ ਦੇ ਘਰਾਂ ਦੀ ਵੀ ਜਿਹੜੀ ਆ ਆਸਾਨੀ ਹੋ ਜੂ ਫਿਰ ਹੋਊ ਵੀ ਸਸਤਾ ਹਾਂ ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਵਾਂ ਜਿਵੇਂ ਖਾਸ ਤੌਰ ਤੇ ਕਰਾਚੀ ਦੀ ਆਪਾਂ ਗੱਲ ਕਰਦੇ ਨੇ ਦੁਬਈ ਆ ਦੂਜੇ ਮੁਲਕ ਨੇ ਉਹ ਵੱਡੀਆਂ ਬਿਲਡਿੰਗਾਂ ਬਣ ਹੁੰਦੇ ਨੇ ਇੱਕ ਤੋਂ ਥੋੜੀ ਜਗ੍ਹਾ ਤੇ ਇਸਤੇਮਾਲ ਘੱਟ ਹੁੰਦਾ ਹੈ ਕੋ ਬਚਤ ਵੀ ਹੋ ਜਾਂਦੀ ਲੋਕਾਂ ਦੀ ਨਾ ਹਾਂ ਆ ਇੰਨੀ ਗੱਲ ਆ ਸਾਡੇ ਜ਼ਰਾ ਹੀ ਰੱਖਵੇ ਤਾਂ ਤਬਾਹ ਨਾ ਕਰੋ ਹਮ ਕੋ ਹੋਰ ਕੰਮ ਕਰ ਲੋ ਕੋ ਹੋਰ ਕਾਰੋਬਾਰ ਜਰੂਰ ਆ ਕੇ ਹੁਣ ਆਲੇ ਚੱਲ ਰਿਹਾ ਜਿਹੜਾ ਆ ਜੀਵਨ ਮੈਂ ਉਹਦੀ ਵੀ ਵੀਡੀਓ ਵਿੱਚ ਮੈਂ ਕਿਹਾ ਸੀ ਮੈਂ ਕਿਹਾ ਤੁਸੀਂ ਪੈਸਾ ਹੀ ਕਮਾਣਾ ਰਿਜ਼ਕ ਹੈ ਹਲਾਲ ਆ ਕੋ ਹੋਰ ਕੰਮ ਜਰੂਰ ਸਾਡੇ ਜ਼ਰਾ ਹੀ ਰਕਬੇ ਤਬਾਹ ਕਰਨੇ ਸਾਡੀ ਜਾਨ ਛੱਡ ਦਿਓ ਮੈਂ ਕਿਸੇ ਤਰ੍ਹਾਂ ਫਿਰ ਜਿੱਥੇ ਯਾਰ ਕੱਲਰ ਆ ਹੈ ਜਿੱਥੇ ਹਜ਼ਰਾਤ ਨਹੀਂ ਹੁੰਦੀ ਉੱਥੇ ਜਾ ਕੇ ਕੱਟੋ ਕਲੋਨੀਆ ਉੱਥੇ ਜਾ ਕੇ ਬਣਾ ਲਓ ਜਿੰਨੇ ਮਰਜੀ ਆ ਪਲਾਜ਼ੇ ਫਲੋਜ਼ ਜਰੂਰ ਆ ਕੇ ਜਿੱਥੇ ਕਣਕ ਦੀ ਸਾਡੇ ਇੱਥੇ ਨਾ ਬੁਹਰਾਨ ਜਿਹੜੇ ਆ ਰਹੇ ਆਗਾਗਾ ਵਧਣੇ ਆ ਜ਼ਰਾ ਹੀ ਰਕਬੇ ਇੰਨੀ ਬਚੇ ਹਾ ਜ਼ਰੀ ਰਖ ਬੈਰ ਬੋਚ ਹਾਂ ਮੈਂ ਇਹ ਵੀ ਇੱਕ ਹੋਰ ਗੱਲ ਹੀ ਵੇਖਦਾ ਵੀ ਜਦੋਂ ਜ਼ਮੀਨਾਂ ਦੀ ਗੱਲ ਕਰਦੇ ਨਾ ਥੋੜਾ ਜਿਹਾ ਸ਼ਹਿਰ ਦੇ ਲਾਗੇ ਜਾਂਦੇ ਨਾ ਆ ਬੂਟੇ ਜਿਹੜੇ ਇਹਨਾਂ ਘਟ ਜਾਂਦੇ ਜਿਵੇਂ ਅਸੀਂ ਆ ਬੈਠੇ ਆ ਬੋਰ ਥੱਲੇ ਹਾਂ ਹਾਂ ਵੀ ਕਿੱਡਾ ਸਕੂਨ ਹੈ ਇੱਥੇ ਏਸੀ ਦੀ ਲੋੜ ਨਹੀਂ ਹਾਂ ਹਾਂ ਮੇਰਾ ਮੇਰੀ ਆਪਣੀ ਪਹਿਲੀ ਆ ਪਿੰਡ ਦੇ ਨਾਲ ਅੱਦਾਂ ਮਰਾ ਬਾਵਾ ਉੱਥੇ ਤਕਰੀਬਨ ਜਦੋਂ ਅਸੀਂ ਨਿੱਕੇ ਸਾਂ ਵਾਈ ਵੀ ਕਰਦੇ ਸਾਂ ਬਾਜੀ ਹਿਆਸ ਸੀ ਤੇ ਸਾਰੇ ਬੂਟੇ ਹੁੰਦੇ ਸੀ ਉਹ ਫਿਰ ਉਹ ਅਸੀਂ ਉਹ ਇੱਕ ਤੇ ਟਾਲੀ ਤੇ ਬਿਲਕੁਲ ਮੋਕੀ ਗਈ ਨਾ ਆਪਣੇ ਇਥੋਂ ਉਹ ਸਿਉਂਖ ਜੀ ਪੈ ਗਈ ਉਹਨੂੰ ਬੂਟੇ ਘਟ ਗਏ ਪਲਾਟਾਂ ਦੇ ਚੱਕਰ ਜਿਹਾ ਅਸੀਂ ਉਹ ਬੂਟੇ ਘਟਾ ਦਿੱਤੇ ਸੋ ਇਹਨਾਂ ਦੀ ਵੀ ਮੈਨੂੰ ਲੱਗਦਾ ਵੀ ਬੜੀ ਵੱਡੀ ਲੋੜ ਆ ਸਾਨੂੰ ਇਹਨਾਂ ਬੂਟਿਆਂ ਦੀ ਦਰਖਤਾਂ ਦੀ ਕਿਉਂਕਿ ਬੂਟੇ ਜਿਹੜੇ ਆ ਦਰਖਤ ਜਿਹੜੇ ਆ ਉਹ ਜੇ ਖਲੋਤੇ ਆ ਨਾ ਤੇ ਸਾਨੂੰ ਉਹਨਾਂ ਦੀ ਲੋੜ ਨਹੀਂ ਹਾਂ ਠੀਕ ਆ ਉਹਨਾਂ ਨੂੰ ਸਾਡੀ ਲੋੜ ਨਹੀਂ ਹੈ ਲੇਕਿਨ ਸਾਡੀ ਉਹਨਾਂ ਦੇ ਸਾਨੂੰ ਉਹਨਾਂ ਦੀ ਲੋੜ ਆ ਉਹ ਕਿਸੇ ਨਾ ਸਿਆਣਾ ਕੋਈ ਸੀਗਾ ਤੇ ਉਹ ਪੌਦਾ ਲਾ ਰਿਆ ਤੇ ਉਹ ਲਾਣ ਲੱਗਾ ਨਾ ਤੇ ਕਿਸੇ ਨੇ ਆ ਕੇ ਕਿਹਾ ਆ ਕੇ ਯਾਰ ਬਾਬਾ ਤੂੰ ਕਿਹੜਾ ਕਿਹੜੀ ਛਾਂ ਚ ਬੈਠਣਾ ਕਿ ਹੜਾਈ ਖੜਾ ਤੂੰ ਪਿੱਛੇ ਦਸਾਲ ਡੇੜਾ ਤੇਰਾ ਇੱਕ ਸਿਆਲੇ ਦੀ ਮਾਰ ਆ ਤੂੰ ਉਹ ਕਹਿੰਦਾ ਯਾਰ ਜਿਹੜੇ ਬੂਟੇ ਥੱਲੇ ਮੈਂ ਜ਼ਿੰਦਗੀ ਗੁਜ਼ਾਰੀ ਉਹ ਵੀ ਤਾਂ ਕਿਸੇ ਨੇ ਲਾਇਆ ਹੀ ਸੀ ਬੂਟੇ ਸਾਨੂੰ ਲਾਣੇ ਚਾਹੀਦੇ ਆ ਫਿਰ ਪਤਾ ਕੀ ਕਰਦੇ ਆ ਤੂੰ ਦੇਖਿਆ ਨਾ ਕਹਿੰਦਾ ਅਖੇ ਯਾਰ ਹੁਣ ਚਿੜੀਆਂ ਤੋਤੇ ਨਹੀਂ ਲੱਭਦੇ ਮੈਂ ਕਿਹਾ ਵੀ ਚਿੜੀਆਂ ਤੋਤੇ ਤੁਹਾਡੇ ਰਿਸ਼ਤੇਦਾਰ ਆ ਵੀ ਤੁਹਾਨੂੰ ਘਰਾਂ ਚ ਕੋਠੀਆਂ ਚ ਜਾ ਕੇ ਦਫ਼ਤਰੇ ਆ ਕੇ ਮਿਲਣ ਵੀ ਬੂਟੇ ਲਾਉਂਗੇ ਤੇ ਆਪੇ ਹੀ ਲੱਭ ਜਾਣਗੇ ਤੇ ਯਾ ਤੇ ਇਹਨਾਂ ਨੂੰ ਵੀ ਅਪਾਰਟਮੈਂਟ ਬਣਾ ਦਿਓ ਵੀ ਰਹਿਣ ਇਹ ਜਦੋਂ ਥਾ ਬੂਟਾ ਹੀ ਕੋਈ ਛੱਡਿਆ ਫ ਇਹ ਜ਼ਰੂਰਤ ਵੀ ਹੈ ਆਪੇ ਜੀ ਬੈਠੇ ਆ ਨਾ ਸਾਨੂੰ ਸੋਹਣੀਆਂ ਲੱਗਣ ਡੀਆਂ ਇਹਨਾਂ ਦੀਆਂ ਆਵਾਜ਼ਾਂ ਹਾਂ ਇਹ ਛਾਂ ਸਾਨੂੰ ਵਧੀਆ ਲੱਗਣ ਡਈ ਐ ਤੇ ਇਹਦੇ ਇਹਦੇ ਪਿੱਛੇ ਵੀ ਲੌਜੀਕ ਆ ਵੀ ਇਹ ਜਿਹੜੇ ਜਾਨਵਰ ਨੇ ਪਰਿੰਦੇ ਨੇ ਇਹ ਵੀ ਉਹ ਹਰਿਆਲੀ ਤੇ ਹੁੰਦੇ ਆ ਤੇ ਸਾਡੀਆਂ ਅੱਖਾਂ ਨੂੰ ਵੀ ਹਰਿਆਲੀ ਚੰਗੀ ਲੱਗਦੀ ਐ ਲੇਕਿਨ ਅਸੀਂ ਜਦੋਂ ਬਿਲਡਿੰਗਾਂ ਵਾਲ ਨੂੰ ਭਜਦੇ ਆ ਦੂਜੇ ਪਾਸੇ ਸ਼ਹਿਰਾਂ ਵਾਲ ਨੂੰ ਭਜਦੇ ਆ ਅਸੀਂ ਇਹਨਾਂ ਨੂੰ ਵੀ ਪਲਾਟਸ ਦੇ ਕਰਨ ਵਾਲ ਨੂੰ ਭਜਦੇ ਆ ਜਾਂ ਅਸੀਂ ਇਹਨਾਂ ਨੂੰ ਵੀ ਜਿੱਥੇ ਬੂਟਾ ਲੱਗਦਾ ਉੱਥੇ ਫਸਲ ਘੱਟ ਹੁੰਦੀ ਆ ਲੇਕਿਨ ਅਸੀਂ ਜੇ ਬੂਟੇ ਦੀ ਕਦਰ ਨੂੰ ਵੇਖੀਏ ਉਹਦੀ ਹਮਾਇਤ ਨੂੰ ਵੇਖੀਏ ਵੀ ਉਹਦੀ ਹੈ ਕਿੰ ਤੇ ਅਸੀਂ ਮੈਨੂੰ ਲੱਗਦਾ ਵੀ ਫਸਲ ਦੇ ਤਾਂ ਵੀ ਬੂਟੇ ਲਾਈਏ। ਉਹ ਬਾਈ ਮਤ ਮਾਰੇਗੀ ਸਾਡੀ। ਉਹ ਸਿਆਣਿਆਂ ਦੀ ਮਿਸਾਲ ਵੀ ਜੱਟ ਦੀ ਤੇ ਅਕਲ ਦੀ ਲੜਾਈ ਪੈ ਗਈ। ਬੰਦਿਆਂ ਨੇ ਕਿਹਾ ਯਾਰ ਚਲੋ ਤੁਹਾਡੀ ਸੁਲ੍ਹਾ ਕਰਾ ਦਈਏ। ਉਹ ਪਰੇ ਲੱਗ ਗਈ ਅਕਲ ਵੀ ਸਾਧ ਲਈ ਜੱਟ ਵੀ ਸਾਧ ਲੈ। ਹੁਣ ਅਕਲ ਨੂੰ ਪੁੱਛਿਆ ਵੀ ਤੇਰੀ ਕੋਈ ਸ਼ਰਤ ਤਾਂ ਨਹੀਂ? ਉਹ ਕਹਿੰਦੀ ਨਹੀਂ ਮੇਰੀ ਤਾਂ ਕੋਈ ਸ਼ਰਤ ਨਹੀਂ। ਜੱਟ ਨੂੰ ਪੁੱਛਿਆ ਤੇਰੀ ਵੀ ਕੋਈ ਸ਼ਰਤ? ਉਹ ਕਹਿੰਦਾ ਇੱਕ ਸ਼ਰਤ ਆ ਤੇ ਬਾਕੀ ਸੁਲ੍ਹਾ ਹੀ ਸੁਲ੍ਹਾ। ਉਹ ਕਹਿੰਦੇ ਕੀ? ਅਖੇ ਮੇਰੇ ਵੇੜੇ 'ਚ ਪੈਰ ਨਾ ਰੱਖੇ ਤੇ ਮੇਰੀ ਸੁਲ੍ਹਾ ਹੀ ਸੁਲ੍ਹਾ। ਵੀ ਸਾਡੀ ਉਹ ਜੱਟ ਨੇ ਜਿਹੜਾ ਉਹ ਅਕਲ ਨੇ ਵੇੜੇ 'ਚ ਤਾਂ ਪੈ ਵੀ ਦੱਸੋ ਉਹ ਪਲਾਟ ਸਿੱਦੇ ਕਰਦੇ ਕਰਦੇ ਨੇ ਹੈ ਵੀ ਫਸਲ ਬਚਾਉਣ ਦੇ ਵਜਾਂਦੇ ਆਪਣੇ ਛਾਂ ਤੇ ਬਹਿਣ ਨੂੰ ਕੋਈ ਦਰਖਤ ਨਹੀਂ ਛੱਡਿਆ ਹੂੰ ਧੁੱਪੇ ਰੜੇ ਹੁੰਦੇ ਆ ਇਹ ਕੰਮ ਕਰਦੇ ਹੀ ਚਲੋ ਬੰਦਾ ਕਿਤੇ ਛਾਂ ਚ ਬੈ ਜਾਂਦਾ ਇੱਕ ਇੱਕ ਦਰਖਤ ਨਹੀਂ ਛੱਡਿਆ ਇਹਨਾਂ ਨੇ ਐਸੀ ਮਤਵ ਜੀ ਇਹਨਾਂ ਦੀ ਅਬੀ ਦਰਖਤਾਂ ਦੀ ਸਾਨੂੰ ਜ਼ਰੂਰਤ ਹੈ ਬਹੁਤ ਇਸ ਵੀਡੀਓ ਦੀ ਰਾਈ ਵੀ ਪੋਡਕਾਸਟ ਦੀ ਰਾਈ ਵੀ ਜ਼ਰੂਰ ਜਿੰਨੇ ਜਿੰਨੇ ਲੋਕ ਦੇਖਣਗੇ ਬੂਟੇ ਆਪੋ ਆਪਣੇ ਨਾਂ ਦਾ ਆਪਣੇ ਆਪਣੇ ਬੱਚਿਆਂ ਦੇ ਨਾਂ ਦਾ ਦੋ ਦੋ ਚਾਰ ਚਾਰ ਲਾਓ ਤੇ ਬੜੀ ਗੱਲ ਲੰਮੀ ਤੁਰ ਜਾਏ ਬਾਈ ਸ਼ੌਕ ਨਾ ਇੱਕ ਨਾ ਇੱਕ ਬੱਚਾ ਰੱਖਿਆ ਸੀ ਭਜਾਣ ਵਾਸਤੇ ਅਜੇ ਛੋਟਾ ਸੀ ਤੇ ਬੇਲਾ ਆਇਆ ਘਰ ਦਾ ਆਇਆ 16000 12 ਦਾ ਆਇਆ ਲਓ ਅੱਛਾ ਹੀ ਵੇਚਦਾ ਅੱਛਾ ਹਾਂ ਸ਼ੌਕ ਹੀ ਵੇਚਦਾ ਇਹ ਇਹ ਸਾਡਾ ਹਾਲ ਹੋਇਆ ਪਿਆ ਹਾਲਾਂਕਿ ਸ਼ੌਂਕ ਕੋਈ ਨਹੀਂ ਵੇਚਦਾ ਇਹ ਵਾਬੜਾ ਵਾਬੜਾ ਵਾਲਿਆਂ ਨੂੰ ਲਵੇ ਮੌਲਾ ਹਾਂ ਨਹੀਂ ਰਹਿਣ ਦੇ ਤਾਂ ਹਾਂ ਮੈਨੂੰ ਉਸ ਗੱਲ ਦਾ ਪਤਾ ਸੀ ਨਾ ਹਾਂ ਚਾਚਾ ਕਰਾ ਇਹ ਉਹਨਾਂ ਦੇ ਖਿਲਾਫ ਲਾਤੀ ਤੈਨੂੰ ਅੱਛਾ ਤੇ ਬਾਵੜਾ ਵਾਲਿਆਂ ਦੀਆਂ ਤੇ ਬਿਜਲੀ ਵੀ ਮੁਫਤ ਹੁੰਦੀ ਹੈ ਆਹੋ ਉਹ ਇੰਨੀ ਨਹੀਂ ਹੁੰਦੀ ਜਿੰਨੇ ਤੂੰ ਸਮਝਦਾ ਆ ਆ ਉਹ ਪੂਰੀ ਜਿਹੀ ਬੰਦੇ ਆ ਪੂਰੀ ਜੀ ਆ ਆਹੋ ਠੀਕ ਹੈ ਅੱਛਾ ਇੱਥੇ ਹੀ ਸ਼ੁਗਲੇ ਪੈ ਗਏ ਆਪਾਂ ਗੱਲਾਂ ਹੋਣੀਆਂ ਸੀ ਬੂਟਿਆਂ ਦੀਆਂ ਦਰਖਤਾਂ ਦੀਆਂ ਇੱਕ ਸਾਡੇ ਪਿੰਡਾਂ ਦੇ ਵਿੱਚ ਮੈਂ ਹੋਰ ਮੈਂ ਇਸ ਕਮੀ ਨੂੰ ਬਹੁਤ ਮਹਿਸੂਸ ਕੀਤਾ ਕਮੀ ਨੂੰ ਕੀ ਮੈਨੂੰ ਲੱਗਦਾ ਵੀ ਇਹ ਸਾਡੇ ਕੁੰਧ ਦਿਮਾਗੀ ਦੀ ਵਜ੍ਹਾ ਵੀ ਆਪਣੀਆਂ ਧੀਆ ਦਾ ਹਿੱਸਾ ਕੱਢਣ ਵੇਲੇ ਨਾ ਆਨੇ ਆ ਵੀ ਜੋ ਧੀ ਨੇ ਹਿੱਸਾ ਲੈ ਲਿਆ ਨਾ ਤੇ ਉਹ ਮਰਨ ਜੀ ਨੂੰ ਮੋਗ ਗਿਆ ਕਾਹਦਾ ਮਰਨ ਜੀ ਨੂੰ ਮੋਗ ਗਿਆ ਇੱਕ ਪਿਓ ਦੀਆਂ ਇੱਕ ਮਾਲ ਦੇ ਜੰਮੇ ਤੇ ਮੈਨੂੰ ਤੇ ਮੈਂ ਮੇਰੀ ਤੇ ਸਮਝ ਇਹ ਆਂਦੀ ਆ ਵੀ ਧੀ ਦਾ ਭੈਣ ਦਾ ਹਿੱਸਾ ਜਿਹੜਾ ਨਾ ਤੁਹਾਡੇ ਤੇ ਫਰਜ਼ ਆ ਉਹ ਕਦੇ ਵੀ ਨਹੀਂ ਲੈਣਾ ਤੁਹਾਨੂੰ ਦੇਣਾ ਚਾਹੀਦਾ ਕਿਉਂਕਿ ਜਿੰਨਾਂ ਨੂੰ ਤੁਸੀਂ ਮਿਲਦੇ ਜੇ ਖੂਨੀ ਰਿਸ਼ਤੇ ਸਾਡੇ ਦਾ ਸੁਸਾਇਟੀ ਆ ਨਾ ਉਹ ਪੈਣਾ ਸ਼ਰਮੋ ਬਿਸ਼ਰਮੀ ਆਂਦੀਆਂ ਮੇਰਾ ਭਰਾ ਗੁੱਸੇ ਨਾਲ ਹੋ ਜੇ ਵੀ ਨਹੀਂ ਮੈਂ ਨਹੀਂ ਲੈਣਾ ਇਹ ਦਿਨਾ ਚਾਹੀਦਾ ਕਿ ਉਹ ਸਾਡੇ ਇੱਥੇ ਪੁੱਛਦੇ ਆ ਜਦੋਂ ਵੰਡ ਕਰਨ ਲੱਗਦੇ ਆ ਨਾ ਤੇ ਬਾ ਲੈਂਦੇ ਆ ਇੱਥੇ ਬਾ ਕੇ ਤਾਂ ਕੋ ਕੁੜੀਆਂ ਨੂੰ ਵੀ ਤੇ ਪੁੱਤਾਂ ਨੂੰ ਬਾ ਕੇ ਪੁੱਛਦੇ ਆ ਪੁੱਤਾਂ ਨੂੰ ਪੂਰੇ ਕਰਕੇ ਨਾ ਸਰਸਾਈਆਂ ਕਿੱਲੇ ਤੇ ਧੀਆਂ ਨੂੰ ਪੁੱਛਦੇ ਹਾਂ ਵੀ ਕੁੜੀਓ ਹੁਣ ਭਰਾ ਰੱਖਣੇ ਕਿ ਜ਼ਮੀਨ ਰੱਖਣੀ ਉਹ ਮੈਂ ਕਿਹਾ ਨਹੀਂ ਸੀ ਮੈਂ ਕਿਹਾ ਵੀ ਬਾਬਾ ਤੂੰ ਤੈਨੂੰ ਕਹਿੰਨੇ ਕਿਆ ਇਹ ਹੱਕ ਕਹਿੰਨੇ ਦਿੱਤਾ ਹੈ ਗੱਲ ਇਹ ਤਾਂ ਅੱਲਾਹ ਤਾਲਾ ਨੇ ਕੁਰਾਨੇ ਪਾਕ ਦੇ ਵਿੱਚ ਧੀਆਂ ਨੂੰ ਹੱਕ ਦਿੱਤਾ ਤੂੰ ਪੁੱਛਣ ਵਾਲਾ ਕੌਣ ਆਖੇ ਮੈਂ ਕੁੜੀਆਂ ਦਾ ਪਿਓ ਆ ਤੂੰ ਆਖੇ ਕੌਣ ਹੂੰ ਮੈਂ ਕਿਹਾ ਮੈਂ ਤਾਂ ਜੀ ਤੁਰਦਾ ਆਇਆ ਸੀ ਆਖੇ ਜੁੱਤੀ ਪਾ ਤੋ ਅਸੀਂ ਦੇਖਾਂਗੇ ਜਦੋਂ ਤੂੰ ਅਕੇ ਧੀਆਂ ਨੂੰ ਹਿੱਸਾ ਦੇਂਗਾ ਮੈਂ ਕਿਹਾ ਯਾਰ ਸਾਡੇ ਤਾਂ ਰਵਾਜ ਨਹੀਂ ਹੈ ਤੂੰ ਤਾਂ ਦੇ ਉਹ ਮੈਂ ਗੱਲ ਉਹਨੂੰ ਕਰੀ ਸੀ ਵੀ ਹਾਂ ਵੀ ਸਾਡੇ ਰਵਾਜ ਨੇਗਾ ਤੇ ਉਹ ਮੈਂ ਕਹਿੰਨਾ ਸ਼ਾਦੀ ਤੋਂ ਨਾ ਧੀ ਦੀ ਸ਼ਾਦੀ ਤੋਂ ਪਹਿਲਾਂ ਉਹਨੂੰ ਹਿੱਸਾ ਦੇ ਦੋ ਹੂੰ ਕਿਉਂ ਬਾਅਦ ਦੇ ਵਿੱਚ ਮੇਰੇ ਰਿਸ਼ਤੇਦਾਰ ਪਤਾ ਕੀ ਬਾਅਦ ਚ ਪੰਗੇ ਬਹੁਤੇ ਕਰਦੇ ਆ ਉਹ ਉਸ ਤਰ੍ਹਾਂ ਵਰਤਦੇ ਆ ਜੇ ਜ਼ਮੀਨ ਦੋਵਾਂਗੇ ਹੋਰ ਤਰ੍ਹਾਂ ਵਰਤਣਗੇ ਨਾ ਦੋਵਾਂਗੇ ਤੇ ਫਿਰ ਦੂਈ ਤਰ੍ਹਾਂ ਵਰਤਣਗੇ ਤੁਸੀਂ ਤਾਂ ਸਾਡੇ ਇਸ ਵੀਡੀਓਜ਼ ਨਾਲ ਕੁਛ ਨਾ ਕਿਸੇ ਦੇ ਦਿਮਾਗ ਤੇ ਤੇ ਕੁਮਾਰਾ ਚੰਗਾ ਅਸਰ ਹੋਏਗਾ ਹਾਂ ਜੀ ਯਾਰ ਆ ਵਾਕਈ ਸਹੀ ਆ ਤੇ ਆ ਵਾਕਈ ਗਲਤ ਆ ਇਹਦੇ ਚੰਮਲ ਹੋਣਾ ਚਾਹੀਦਾ ਹਾਂ